ਬੜੇ ਦੁੱਖ ਦੀ ਇਹ ਗੱਲ ਜਿਹੜੀ ਦੱਸਾਂ ਲੱਗਾ ਮੈਂ, ਰੱਬ ਦੀ ਸੌਂਪੜਾ ਸਾਡਾ ਦਿਲ ਦੁਖਿਆ। ਜਿਹਦੇ ਨਾਲ ਖੜਾ ਹੋਇਆ ਭਾਈ ਅੰਮ੍ਰਿਤਪਾਲ ਸਿੰਘ, ਮੈਨੂੰ ਜਦੋਂ ਉਹਦਾ ਬਦਲਿਆ ਰੁੱਖ ਵੇਖਿਆ, ਸੱਜਦਾ ਏ ਤੈਨੂੰ ਸਾਡਾ ਗੁਰੂ ਦੀਆਂ ਸਿੱਖਾਂ, ਜਿਉਂਦਾ ਰਹੇ ਮੇਰੀ ਕੌਮ ਦੀਆਂ ਹੀਰੀਆਂ। ਸਰਕਾਰਾਂ ਕੋਲ ਹੁੰਦੇ ਬਸ ਦੋ ਹੀ ਤਰੀਕੇ, ਇੱਕ ਜੇਲ ਦੂਜਾ ਹੁੰਦਾ ਮਰਵਾਉਣਾ ਵੀਰਿਆ। ਸਾਨੂੰ ਸਾਰਿਆਂ ਨੂੰ ਪਤਾ ਪਰ ਭੁੱਲ ਜਾਂਦੇ ਛੇਤੀ ਹੁੰਦਾ ਕੀ ਏ ਹਸਰ ਜਿਹੜਾ ਸੱਚ ਬੋਲਦਾ। ਲੱਖ ਦੀਆਂ ਸਰਕਾਰਾਂ ਕੁਝ ਭੇਤ ਜੁਲ ਜਾ ਕੇ ਹੋ ਕੇ ਨਿਡਰ ਜਿਹੜਾ ਭੇਤ ਖੋਲਦਾ। ਸਾਡਾ ਉੱਤੇ ਕੋਈ ਕੇਸ ਵੀ ਨਹੀਂ ਹੋਣਾ, ਤੇਰੇ ਉੱਤੇ ਕੋਈ ਮੁਕਦਮਾ ਚਲਾਉਣਾ ਵੀਰਿਆ। ਸਰਕਾਰਾਂ ਕੋਲ ਹੁੰਦੇ ਬਸ ਦੋ ਹੀ ਤਰੀਕੇ, ਇੱਕ ਜੇਲ ਦੂਜਾ ਹੁੰਦਾ ਮਰਵਾਉਣਾ ਵੀਰਿਆ। ਹੋਈ ਜਾਂਦਾ ਠਿਕਾਣੇ ਜਵਾਨੀ ਦਾ ਨਸ਼ਾ, ਸ਼ਰੇਆਮ ਵਿਕਦਾ ਬਾਜ਼ਾਰਾਂ ਚ, ਕਹਿੰਦੇ ਕਰ ਲਈ ਤਰੱਕੀ ਬੜੀ ਦੇਸ਼ ਨੇ, ਪੁੰਜ ਦੱਸੀ ਜਾ ਰੋਜ਼ ਅਖਬਾਰਾਂ ਚ, ਕਹਿੰਦੇ ਨਸ਼ਾ ਮੁੱਕ ਗਿਆ ਏ ਪੰਜਾਬ ਚ, ਇਹਨੂੰ ਫੇਰ ਅਸੀਂ ਰੰਗਲਾ ਬਣਾਉਣਾ ਵੀਰਿਆ। ਸਰਕਾਰਾਂ ਕੋਲ ਹੁੰਦੇ ਬਸ ਦੋ ਹੀ ਤਰੀਕੇ, ਇੱਕ ਜੇਲ ਦੂਜਾ ਹੁੰਦਾ ਮਰਵਾਉਣਾ ਵੀਰਿਆ। ਰੋਂਦੀਆਂ ਨੇ ਅੱਖਾਂ ਨਾਲੇ ਰੋਵੇ ਮੇਰਾ ਦਿਲ, ਰੋਂਦੀ ਹੋਈ ਲਿਖਦੀ ਐ ਸਾਬੀ ਦੀ ਕਲਮ। ਕੌਣ ਕਰੂਗਾ ਬਿਆਨ ਇਸ ਪੀੜ ਨੂੰ, ਧਰਮ ਦੇ ਠੇਕੇਦਾਰੋ ਕਰ ਲੋ ਸ਼ਰਮ। ਔਖਾ ਹੋ ਗਿਆ ਹੁਣ ਸਿੱਖ ਕੌਮ ਲਈ, ਕਿਰਦਾਰ ਸਿੱਖਾਂ ਵਾਲੇ ਨੂੰ ਨਿਭਾਉਣਾ ਵੀਰਿਆ। ਸਰਕਾਰਾਂ ਕੋਲ ਹੁੰਦੇ ਬਸ ਦੋ ਹੀ ਤਰੀਕੇ, ਇੱਕ ਜੇਲ ਦੂਜਾ ਹੁੰਦਾ ਮਰਵਾਉਣਾ ਵੀਰਿਆ। ਡੇਰੇ ਖੁੱਲ ਗਏ ਪੰਜਾਬ ਵਿੱਚ ਆਮ ਨੇ, ਉਂਝ ਕਹਿਣ ਨੂੰ ਤਾਂ ਬਾਬਾ ਜੀ ਦੇ ਧਾਮ ਨੇ। ਰਸਲੀਲਾ ਦੀ ਸਮੈਲ ਜਾਵੇ ਖਿੰਡ ਦੀ, ਪਰ ਪੀਤੇ ਜਾਂਦੇ ਹੁਸਨਾਂ ਦੇ ਜਾਮ ਨੇ। ਜਿਵੇਂ ਪੱਤਿਆ ਸੀ ਸਿਰ ਮੱਸੇ ਰੰਗੜਤਾ, ਏਦਾਂ ਪੈਰਾਂ ਸਿਰ ਵੱਗ ਕੇ ਲਿਆਉਣਾ ਵੀਰਿਆ। ਸਰਕਾਰਾਂ ਕੋਲ ਹੁੰਦੇ ਬਸ ਦੋ ਹੀ ਤਰੀਕੇ, ਇੱਕ ਜੇਲ ਦੂਜਾ ਹੁੰਦਾ ਮਰਵਾਉਣਾ ਵੀਰਿਆ। ਜਾਗਦੀ ਜ਼ਮੀਰ ਕਿੱਥੇ ਡਰਦੀ ਦੀ ਹੁੰਦੀ ਆ, ਇਹਨਾਂ ਗੋਲੀ ਨਾਲ ਚੁੱਪ ਆ ਕਰਾਉਣਾ ਵੀਰਿਆ।